ਨਸ਼ਿਆਂ ਵਿਰੁੱਧ ਆਪਰੇਸ਼ਨ ਬਲੈਕ ਐਂਡ ਵਾਈਟ ਤਹਿਤ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸ ਤਹਿਤ ਲੱਖਾਂ ਰੁਪਏ ਦੀ ਡਰੱਗ ਮਨੀ ਕਰੋੜਾਂ ਦੀ ਕੀਮਤ ਵਾਲੀ ਹੈਰੋਇਨ ਨੂੰ ਬਰਾਮਦ ਕੀਤਾ ਗਿਆ। ਹੈਰਾਨੀਕੁੰਨ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਡਰੱਗ ਮਨੀ ਦੀ ਰਿਕਵਰੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਵਿੱਚ ਕਈ ਵੱਡੇ ਖੁਲਾਸੇ ਹੋਏ ਨੇ। ਕਾਰਗੋ ਰਾਹੀਂ ਦੇਸ਼ ਵਿੱਚ ਹੈਰੋਇਨ ਭੇਜਣ 'ਤੇ ਹੁਣ ਤੱਕ ਦੀ ਜਿਹੜੀ ਆ ਸਭ ਤੋਂ ਵੱਡੀ ਕਾਰਵਾਈ ਜਿਹੜੀ ਕਰ ਦਿੱਤੀ ਗਈ ਆ। ਡੀਆਰਈ ਵਿਭਾਗ ਵੱਲੋਂ ਜਿਹੜਾ ਵਾ ਹੁਣ ਤੱਕ ਵੱਖ ਵੱਖ ਹਿੱਸਿਆਂ ਵਿੱਚੋਂ ਭਾਰਤ ਦੇ ਹਿੱਸਿਆਂ ਵਿੱਚੋਂ ਜਿਹੜੀ ਆ 62 ਕਿਲੋ ਹੈਰੋਇਨ ਅਤੇ ਹੋਰ ਜਿਹੜਾ 50 ਕਰੋੜ ਰੁਪਏ ਜਿਹੜੀ ਡਰੱਗ ਮਨੀ ਆ ਡੀਆਰਏ ਵੱਲੋਂ ਜਿਹੜੀ ਆ ਬਰਾਮਦ ਕਰ ਦਿੱਤੀ ਗਈ ਆ। ਕਾਰਗੋ ਰਾਹੀਂ ਦੇਸ਼ ਵਿੱਚ ਹੁਣ ਤੱਕ ਦੀ ਹੈਰੋਇਨ ਦੀ ਸਭ ਤੋਂ ਵੱਡੀ ਖੇਪ ਬਰਾਮਦ ਕਰਨ ਦੇ ਵਿੱਚ ਡੀਆਰਆਈ ਯਾਨੀ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ ਦੇ ਵਿੱਚ ਹੁਣ ਤੱਕ 62 ਕਿਲੋ ਡਰੱਗ ਅਤੇ 50 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ। ਡੀਆਰਆਈ ਵਿਭਾਗ ਵੱਲੋਂ ਇਸ ਸੰਬੰਧੀ ਬਕਾਇਦਾ ਲਿਖਤੀ ਬਿਆਨ ਜਾਰੀ ਕਰਕੇ ਇਹ ਪੁਸ਼ਟੀ ਵੀ ਕੀਤੀ ਗਈ ਹੈ। ਇੰਟਰਨੈਸ਼ਨਲ ਡਰੱਗ ਰੈਕਟ ਸੀ ਜਿਹੜਾ ਡੀਆਰਆਈ ਕੋਲ ਸਪੈਸੀਫਿਕ ਇਨਫੋਰਮੇਸ਼ਨ ਤੇ ਉਹਨਾਂ ਨੇ ਬਸਟ ਕੀਤਾ ਹੈ। ਇਹਦੇ ਵਿੱਚ ਇੱਕ ਬਲਬੀਰ ਸਿੰਘ ਨਾਂ ਦਾ ਸ਼ਖਸ ਜਿਹੜਾ ਯੁਗਾਂਡਾ ਵਿੱਚ ਇੱਥੋਂ ਗਿਆ ਹੋਇਆ ਹੈ ਉਹ ਤੇ ਇੱਕ ਬਬਲੂ ਨਾਂ ਦਾ ਸ਼ਖਸ ਜਿਹੜਾ ਇੱਥੇ ਦਾ ਰਹਿਣ ਵਾਲਾ ਸੀ ਔਰ ਉਹਦੇ ਨਾਲ ਲਿੰਕ ਵਿੱਚ ਇੱਥੇ ਦੇ ਦੋ ਬੰਦੇ ਸੀ ਜਿਹੜੇ ਦੋਨੋਂ ਭਰਾ ਹੈ। ਪ੍ਰਾਈਮਰਲੀ ਜਿਹੜੇ ਦਿੱਲੀ ਬੇਸ ਸੀ, ਦਿੱਲੀ ਦੇ ਵਿੱਚ ਜਿਹੜਾ ਏਅਰ ਕਾਰਗੋ ਸੀ ਉਹਦੇ ਵਿੱਚ 54 ਕਿਲੋ ਡੀਆਰਆਈ ਵੱਲੋਂ ਰਿਕਵਰੀ ਕੀਤੀ ਗਈ। ਬਾਅਦ ਦੇ ਵਿੱਚ ਕੋਈ ਕੈਥਲ ਦੇ ਵਿੱਚ ਵੀ ਇਹਨਾਂ ਦਾ ਇੱਕ ਅੱਡਾ ਮਿਲਿਆ ਜਿਹਦੇ ਵਿੱਚ ਕੁਝ ਕੈਸ਼ ਰਿਕਵਰੀ ਹੋਈ ਹੈ 34 ਲੱਖ ਰੁਪਏ ਦੀ ਅਤੇ ਨਾਲ 7 ਕਿਲੋ ਔਰ ਇੱਥੇ ਜਿਹੜੇ ਇਹਨਾਂ ਦੇ ਵੱਲੋਂ ਜੋ ਰਿਕਵਰੀ ਕੀਤੀ ਗਈ ਉਹ 1 ਕਿਲੋ ਕੀਤੀ ਗਈ ਹੈ ਹੈਰੋਇਨ ਦੀ। ਵਿਭਾਗ ਵੱਲੋਂ ਆਪਰੇਸ਼ਨ ਬਲੈਕ ਐਂਡ ਵਾਈਟ ਚਲਾ ਕੇ ਇਸ ਪੂਰੇ ਨੈਕਸਸ ਦਾ ਪਰਦਾਫਾਸ਼ ਕੀਤਾ ਗਿਆ। ਇਸ ਮਾਮਲੇ ਦੇ ਤਾਰ ਦਿੱਲੀ ਤੋਂ ਲੈ ਕੇ ਲੁਧਿਆਣਾ ਦੇ ਸਾਹਨੇਵਾਲ ਤੱਕ ਜੁੜੇ ਹੋਏ ਨੇ। ਮਾਮਲੇ ਦੇ ਵਿੱਚ ਵਿਭਾਗ ਦੇ ਵੱਲੋਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਬੰਦੇ ਬਾਹਰੋਂ ਯੁਗਾਂਡਾ ਤੋਂ ਆਉਂਦੇ ਸੀ, ਉਹਨਾਂ ਵੱਲੋਂ ਇਹ ਹੈਰੋਇਨ ਭੇਜੀ ਜਾਂਦੀ ਸੀ। ਜਿਹੜੇ ਇੱਥੇ ਵਾਲੇ ਬੰਦੇ ਹੈ ਇਹ ਕਿਸੇ ਗਾਂ ਬੰਦੇ ਨੂੰ ਸਪਲਾਈ ਕਰਦੇ ਸੀ, ਜਿਹੜੇ ਬਾਰੇ ਅਸੀਂ ਅਭੀ ਡਿਸਕਲੋਜ਼ ਨਹੀਂ ਕਰ ਸਕਦੇ। ਇਹਨਾਂ ਬੰਦਿਆਂ ਨੂੰ ਜਿਹੜਾ ਇੱਕ ਤਰੀਕੇ ਸੇ ਤੁਸੀਂ ਕਹਿ ਸਕਦੇ ਹੋ ਉੱਕਾ ਪੁੱਕਾ ਰੈਂਟ 1 ਲੱਖ ਰੁਪਏ ਪਰ ਮਹੀਨਾ ਇਸ ਕੰਮ ਦੇ ਲਈ ਉਹਨੂੰ ਸਟੋਰ ਕਰਨ ਅਤੇ ਅੱਗੇ ਉਸ ਬੰਦੇ ਨੂੰ ਪਹੁੰਚਾਉਣ ਲਈ ਮਿਲਦਾ ਸੀ ਅਤੇ ਇਸ ਕਰਕੇ ਇੰਨਾ ਇੱਕ ਰੋਲ ਤਾਂ ਇਹਨਾਂ ਦਾ ਹੈ ਹੀ। ਕਹਿ ਸਕਦੇ ਹਾਂ ਕਿ ਪੁੱਛ ਪੜਤਾਲ ਤੇ ਜਿਹੜਾ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਆ ਸਾਹਮਣੇ ਆ ਸਕਦੀ ਹੈ। ਵੱਡੇ ਮਗਰਮੱਛ ਆ ਉਹਨਾਂ ਦਾ ਵੀ ਜਿਹੜਾ ਨਾਮ ਸਾਹਮਣੇ ਕਿਤੇ ਨਾ ਕਿਤੇ ਜ਼ਰੂਰ ਆ ਸਕਦਾ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਪਰਸ਼ ਸ਼ਰਮਾ, ਜ਼ੀ ਮੀਡੀਆ, ਲੁਧਿਆਣਾ।